ਸਾਡੇ ਕਮਰਿਆਂ ਜਿਹੜੇ ਪ੍ਰਕਰਮਾਂ ਦੇ ਕਮਰੇ ਨੇ ਹਰ ਕਮਰੇ ਵਿੱਚ 5-5 7-7 ਬੈਠੇ ਸੀ 1k 400 ਸਾਹਿਬ ਨਾਲ ਲੈ ਕੇ ਬਾਹਰ ਹੁਕਮ ਦੇ ਕੇ ਆਉਂਦੇ ਸੀ ਲੋਕੀ ਫਰੋਤੀਆਂ ਦੇਣ ਆਉਂਦੇ ਸੀ ਨਹੀਂ ਤਾਂ ਉਥੋਂ ਮਲਟਰ ਕਰਦੇ ਸੀ ਇਹ ਕੁਝ ਵੀ ਹੋਇਆ ਔਰ ਜੋ ਅੱਜ ਤੱਕ ਨਹੀਂ ਕਿਸੇ ਨੂੰ ਪਤਾ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਦੇ ਮਲਬੇ ਦੇ ਵਿੱਚੋਂ 13 ਨੌਜਵਾਨਾਂ ਕੁੜੀਆਂ ਦੀਆਂ ਲਾਸ਼ਾਂ ਨਿਕਲੀਆਂ ਸੀ ਜਦੋਂ ਮਲਬਾ ਚੁੱਕਿਆ ਗਿਆ ਸੀ ਤੁਹਾਨੂੰ ਪਤਾ ਇਸ ਗੱਲ ਦਾ ਨਹੀਂ ਨਾ ਪਤਾ ਤੁਹਾਨੂੰ ਵੀ ਨਹੀਂ ਪਤਾ ਤੇ ਨੌਜਵਾਨੀ ਨੂੰ ਕਿੱਥੋਂ ਪਤਾ ਹੋਏਗਾ ਜਿਹੜੀ ਅੱਜ ਪੈਦਾ ਹੋਈ ਹੈ ਜੀ ਉਹਨਾਂ ਦੇ ਪੋਸਟਮਾਰਟਮ ਹੋਏ ਸੀ ਉਹਦੇ ਸਬੂਤ ਹੈਗੇ ਆ ਹਜੇ ਤੱਕ ਵੀ ਬਿਲਕੁਲ ਹੈਗੇ ਜੀ ਔਰ ਮੈਂ ਕੋਰਟ 'ਚ ਇਤਖਾਸਾ ਫਾਈਲ ਕੀਤਾ ਸੀ ਐਸਜੀਪੀਸੀ ਤੇ ਕਿ ਇਹਨਾਂ ਦੇ 302 ਦਾ ਕੇਸ ਰਿਸਟਰ ਕੀਤਾ ਜਾਏ ਇਹਨਾਂ ਦੀ ਮੈਨੇਜਮੈਂਟ ਇਹਨਾਂ ਦੀ ਸੀ ਦੇ ਆਰ ਰਿਸਪੌਂਸੀਬਲ ਫਾਰ ਦਾ ਮੈਨੇਜਮੈਂਟ ਮੈਂਟੋਰਾਂ ਐਂਡ ਪਾਰਟੀ ਤੇ 302 ਦਾ ਇਤਖਾਸਾ ਫਾਈਲ ਕੀਤਾ ਕੋਰਟ ਚ ਤੇ ਕੀ ਕਰ ਰਹੇ ਹੋਣਗੇ ਕਿ ਉਹ ਗੱਲ ਨੂੰ ਦੱਬਿਆ ਗਿਆ ਤੇ ਉਹਨੂੰ ਅੱਜ ਤੱਕ ਬਾਹਰ ਨਹੀਂ ਨਿਕਲਣ ਦਿੱਤਾ ਗਿਆ ਮੇਰੀ ਜੱਜ ਨੇ ਸੇਟਮੈਂਟ ਰਿਕਾਰਡ ਕੀਤੀ ਮੈਂ ਜਾ ਕੇ ਨਾ ਤਰੀਕ ਤੇ ਕਹਿੰਦਾ ਤੂੰ ਤਾਂ ਮਰਨਾ ਹੀ ਮਰਨਾ ਤੂੰ ਮੈਨੂੰ ਵੀ ਮਰਵਾਏਗਾ ਨਾਲ ਇਹ ਕੋਈ ਸਾਡੇ ਨਾਲ ਹੋਇਆ ਹੈ ਉਹ ਉਹ ਨੌ ਕੁੜੀਆਂ ਕੌਣ ਹੋ ਸਕਦੀਆਂ 13 ਕੁੜੀਆਂ ਸੀ ਜਿਹੜੀਆਂ ਨਿਊਲੀ ਮੈਰਿਜ ਜਾਂਦੀਆਂ ਸੀ ਖੋਲ ਹੀਂਦੇ ਸੀ ਉਤੋਂ ਹਸਬੰਡ ਨੂੰ ਭੁਜਾਰਦੇ ਸੀ ਬੰਦਿਆਂ ਦੀਆਂ ਲਾਸ਼ਾਂ ਕੱਢ ਨਿਕਲੀਆਂ ਕੁੜੀਆਂ ਦੀਆਂ ਜ਼ਿਆਦਾ ਨਿਕਲੀਆਂ ਤੇ ਉਹ ਕੌਣ ਸੀ ਕਰਨ ਵਾਲੇ ਕੌਣ ਸੀ ਉਹ ਮੈਂ ਤੁਹਾਨੂੰ ਨਾ ਹੀ ਦੱਸ ਸਕਦਾ ਉੱਥੇ ਬੈਠੇ ਸੀ ਕਮਰੇਆਂ 'ਚ ਸਿੱਖਾਂ ਦੇ ਰੂਪ ਸੀਗੇ ਸਿੱਖ ਸੀਗੇ ਫਰੋਤੀਆਂ ਵੀ ਲੈਂਦੇ ਸੀ ਜਿਹੜਾ ਬਲੈਕ ਸੈਂਟਰ ਹੋਇਆ ਉਹ ਸਾਰੇ ਉਹੀ ਸੀ